मिट्टी से बने हुए ने कि 37 साल कोई थोड़ा टाइम होंगे। असी हमेशा सरदार सिमरनजीत सिंह मान तो सीखे कि मीनिंगफुल गल करनी है, किसी मतलब की गल करनी है तो सोच समझ तो की जाती। जय 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 जय
ਟੀਚਾ ਤੁਹਾਡਾ ਕੀ ਹੈਗਾ ਹੁਣ ਟੀਚਾ ਡਾਕਟਰ ਮੈਂ ਸਾਰੀ ਰਮਾਇਣ ਸੁਣਾਤੀ ਹੈ ਹੁਣ ਤੁਸੀਂ ਪੁੱਛਦੇ ਹੋ ਸਰ ਮੈਂ ਤੁਸੀਂ ਕਿਹਾ ਸੀ 1 ਤਰੀਕ ਨੂੰ ਜੋ ਮਰਜ਼ੀ ਹੋਵੇ ਅਸੀਂ ਧਰਨੇ ਤੇ ਬੈਠਾਂਗੇ ਅੱਜ ਤਾਂ ਹੈਗੀ ਹੈ ਧਰਨੇ ਤੇ ਧਰਨਾ ਜੀ ਤੁਹਾਡਾ ਜਾਰੀ ਰਹੇਗਾ ਕਿ ਕਿਵੇਂ ਚੱਲੇਗਾ ਹੁਣ ਲੱਗਿਆ ਤਾਂ ਹੋਇਆ ਉੱਠੂਗਾ ਜਦੋਂ ਸਾਨੂੰ ਫੈਸਲਾ ਹੋਊਗਾ ਜਿਹੜੇ ਸਾਡੇ ਨਾਲ ਪ੍ਰਣ ਕੀਤੇ ਗਏ ਹੈ ਸੰਘਰਸ਼ ਵਿਟਿਆ ਜਾਊਗਾ ਐਸ ਆਈ ਟੀ ਵੱਲੋਂ ਜਿਹੜੇ ਐਸ ਆਈ ਟੀ ਦੀ ਕਾਰਵਾਈ ਨੂੰ ਵੇਖੀਏ ਕੱਲ ਨੂੰ ਜਿਹੜੇ ਕੁਛ ਸਿੱਖ ਆਗੂਆਂ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਸਾਹਮਣੇ ਕੀਤੀ ਗਈ ਹੈ ਕਿ ਲੱਗਦਾ ਕਿ ਹੁਣ ਜਿਹੜਾ ਉਹ ਇਨਸਾਫ਼ ਦੇ ਪਾਸੇ ਹੈਗੀ ਆ ਕਿਉਂਕਿ ਕੈਪਟਨ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਉਸਦੇ ਵੀ ਸਰਕਾਰ ਦੇ ਵੀ ਸਿਰਫ 6 ਮਹੀਨੇ ਰਹਿ ਚੁੱਕੇ ਨੇ ਚਲੋ ਜੇ ਬਹਿਜਾ ਇਹ ਪੂਰਨ ਕਰ ਦੇਣਗੇ ਫਿਰ ਅਸੀਂ ਉੱਠ ਪਾਵਾਂਗੇ ਕਿ ਬਾਦਲ ਸਾਹਿਬ ਨੂੰ ਸੁਖਬੀਰ ਸਿੰਘ ਨੂੰ ਤੇ ਸਮੇਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਚਲਾਣ ਅਦਾਲਤ ਵਿੱਚ ਦੇਣ ਤੇ ਅਸੀਂ ਉੱਠ ਪਈਏ ਸਰ ਬਾਦਲ ਦਲ ਦਾ ਕਹਿਣਾ ਹੈ ਕਿ ਉਹਨਾਂ ਦੇ ਸਰਵ ਇੱਥੇ ਰਾਜਨੀਤੀ ਹੋ ਰਹੀ ਹੈ ਕਿ ਇਹਦਾ ਇਹ ਸਪਸ਼ਟ ਜੋ ਦੋਸ਼ੀ ਨੇ ਉਹਨਾਂ ਨੂੰ ਉਹ ਅਸੀਂ ਵੀ ਰਹਿੰਦੇ ਹਾਂ ਕਹਿੰਦੇ ਹਾਂ ਵੀ ਉਹਨਾਂ ਦਾ ਕੱਖ ਨਾ ਰਵੇ ਜੋ ਦੁੱਧ ਦਾ ਦੁੱਧ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਹੁਣ ਬਾਦਲ ਸਾਹਿਬ ਦਾ ਕੀ ਕਿਹਾ ਜਾ ਸਕਦਾ ਹੈਗਾ ਜੇ ਝੂਠ ਬੋਲਣਗੇ ਸਾਰੀ ਤਫਤੀਸ਼ ਹੋ ਕੇ ਕਹਿੰਦੀ ਹੈ ਕਿ ਸ਼ੱਕ ਦੀ ਸੂਈ ਉਹਨਾਂ ਵੱਲ ਜਾਂਦੀ ਹੈ ਸੁਖਬੀਰ ਵੱਲ ਜਾਂਦੀ ਹੈ ਸੈਣੀ ਵੱਲ ਜਾਂਦੀ ਹੈ ਹੁਣ ਉਹ ਤਾਂ ਮੁਲਜ਼ਮ ਨੇ ਕਦੇ ਮੁਲਜ਼ਮ ਨੇ ਕਿਹਾ ਇਕਬਾਲ ਕਰਕੇ ਕਿ ਮੈਂ ਜ਼ਿੰਮੇਵਾਰ ਹੈਗਾ ਹੁਣ ਜਿਹੜਾ ਮੁਲਜ਼ਮ ਦੀ ਗੱਲ ਕੋਈ ਸੁਣੀ ਗਏ ਹੁਣ ਉਹਦਾ ਆਪਾਂ ਕੀ ਕਰ ਸਕਦੇ ਹਾਂ ਚੱਲ ਲਾਸਟ ਸਵਾਲ ਬਰਗਾੜੀ ਮੋਰਚਾ ਲੱਗਾ 6 ਮਹੀਨੇ ਲੱਖਾਂ ਦਾ ਇਕੱਠ ਜਿਹੜਾ ਇੱਥੇ ਹੋਇਆ ਸੀਗਾ ਠੀਕ ਹੈ ਉਸ ਤੋਂ ਬਾਅਦ ਧਿਆਨ ਸਿੰਘ ਮੰਡ ਉੱਤੇ ਕਾਫੀ ਸਵਾਲ ਚੁੱਕੇ ਗਏ ਕਿਉਂਕਿ ਮੋਰਚਾ ਖੜਾ ਹੋਇਆ ਕੀ ਸਿੱਖ ਕੌਮ ਦੁਬਾਰਾ ਇਸ ਚੀਜ਼ ਨੂੰ ਲੈ ਕੇ ਨਾਲ ਤੁਹਾਡੇ ਖੜੂਗੀ ਤੁਸੀਂ ਅਪੀਲ ਨਾਲ ਅਪੀਲ ਕੀ ਕਰਦੇ ਲੋਕ ਇਹ ਤੁਹਾਡੀ ਮਰਜ਼ੀ ਹੈ ਜੀ ਜੇ ਸਾਡੇ ਵਿੱਚ ਯਕੀਨ ਹੈਗਾ ਤਾਂ ਸਾਰੇ ਆਉਣ ਜੇ ਨਹੀਂ ਹੈਗਾ ਤਾਂ ਉਹਨਾਂ ਦੀ ਮਰਜ਼ੀ ਹੈ ਗੁਰੂ ਦਾ ਕੰਮ ਹੈ ਤੁਹਾਨੂੰ ਕੀ ਲੱਗਦਾ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਪਤਾ ਹੁੰਦਾ ਹੈ ਕੀ ਲੱਗਦਾ ਹੈਗਾ ਇਹ ਤੁਸੀਂ ਦੱਸੋ ਕੀ ਲੱਗਦਾ ਅਸੀਂ ਤਾਂ ਬੈਠਾਂਗੇ ਜਿੰਨਾ ਚਿਰ ਇਹ ਹੱਲ ਨਹੀਂ ਮਸਲਾ ਹੁੰਦਾ ਸਾਰਿਆਂ ਨੂੰ ਜੀ ਸਾਰੇ ਪੰਥ ਨੂੰ ਹਿੰਦੂ ਮੁਸਲਮਾਨ ਸਾਰਿਆਂ ਨੂੰ ਜਿਵੇਂ ਹਿੰਦੂ ਨੇ ਸਭ ਲਾ ਤੇ ਬਬਰੀ ਮਸਜਿਦ ਤੇ ਕਸ਼ਮੀਰ ਦੇ ਅੱਗੇ ਪਿਛਲੇ ਦਿਨ ਹਾਂ ਫਿਰ ਉੱਥੇ ਜਾਓ ਤੁਸੀਂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਸਿੰਘਾਂ ਦੀ ਹੋਈ ਸ਼ਹੀਦੀ ਨੂੰ ਮੁੱਖ ਰੱਖ ਕੇ ਜੋ ਸਰਕਾਰ ਨੇ ਅੱਜ ਤੱਕ ਬਰਗਾੜੀ ਮੋਰਚੇ ਦੀਆਂ ਮੰਗਾਂ ਨੂੰ ਲਟਕਾ ਕੇ ਰੱਖਿਆ ਰੋਸ ਦੇ ਵਜੋਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਮੋਰਚਾ ਦੁਬਾਰਾ ਸ਼ੁਰੂ ਕੀਤਾ ਹਰ ਜਥੇਬੰਦੀ ਦਾ ਹਰ ਪਾਰਟੀ ਦਾ ਹੱਕ ਹੈ ਕਿ ਉਹ ਆਪਣਾ ਰੋਸ ਕਰ ਸਕਦਾ ਅੱਜ ਉਹ ਜਦੋਂ ਸ਼ਾਂਤਮਈ ਢੰਗ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਤੇ ਉਹਨਾਂ ਦੀ ਪਾਰਟੀ ਵੱਲੋਂ ਜੋ ਉੱਥੇ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਦੀ ਸਰਕਾਰ ਨੇ ਜਿਹੜੀ ਕਿ ਬਾਦਲ ਅਤੇ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਇਹ ਜਿਹੜੀ ਗੱਲ ਲੁਕੀ ਛੁਪੀ ਨਹੀਂ ਰਹੀ ਇਹ ਬਿਲਕੁਲ ਜੱਗ ਜ਼ਾਹਰ ਹੋ ਗਈ ਹੈ ਔਰ ਉਸਨੇ ਲੋਕਤੰਤਰ ਦਾ ਕਤਲ ਕਰਕੇ ਆਪਣਾ ਫਰਜ਼ ਤਾਂ ਉਹਨਾਂ ਨੇ ਨਿਭਾਇਆ ਨਹੀਂ ਗ੍ਰਿਫਤਾਰੀਆਂ ਤਾਂ ਕੀਤੀਆਂ ਨਹੀਂ ਇਨਸਾਫ਼ ਤਾਂ ਦਿੱਤਾ ਨਹੀਂ ਪਰ ਉਹ ਜਿਹੜਾ ਗਲਾ ਘੁੱਟਿਆ ਲੋਕਤੰਤਰ ਦਾ ਸਿਮਰਨਜੀਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਜਿਹੜੀ ਗ੍ਰਿਫਤਾਰੀ ਕੀਤੀ ਹੈ ਇਹ ਬਹੁਤ ਮਾੜੀ ਗੱਲ ਹੈ ਔਰ ਇਹਦੇ ਨਾਲ ਪੂਰੇ ਖਾਲਸਾ ਪੰਥ ਦੇ ਵਿੱਚ ਰੋਸ ਦੀ ਲਹਿਰ ਜਿਹੜੀ ਉਹ ਗਈ ਹੈ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਤੁਸੀਂ ਜਿਵੇਂ ਧੱਕਾ ਪ੍ਰਕਾਸ਼ ਸਿੰਘ ਬਾਦਲ ਕਰਦਾ ਰਿਹਾ ਅੱਜ ਤੁਸੀਂ ਵੀ ਉਹੀ ਡੰਡਾ ਫੜ ਕੇ ਆਪਣੇ ਹੱਥ ਵਿੱਚ ਤੁਸੀਂ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਇਹ ਅਸੀਂ ਇਹਦੀ
होर शब्दों के विच शब्दों के विच असीं निखेधी करते हैं, निंदा करते हैं। ये कम ठीक नहीं रहना, ये पंजाब की शांति भंग करने वाली गल है, इहदे नाल पंजाब की शांति कायम नहीं रह सकती। सो इंसाफ चाहिए सिखां नूं, इंसाफ देना सरकारां दा काम हुंदा है, पर इंसाफ करदे लोकां नूं डांगा मारनियां, गोलियां चलाउणियां, गिरफ्तारियां करनियां, केस पाउणे, जेलां विच सुट्टना, ये गल ठीक नहीं, ना सानूं मंजूर है। हाँ जी सर, अज जो इतना धरना लगाया की कार्रवाई की गई सर? बस क्योंकि अपना अमन कानून की स्थिति भंग रखते हुए मजिस्टर साहब के ऑर्डर मुताबिक समरजीत सिंह मान अरैसट किया। बाकी मैं अगली कार्रवाई बाकी संगत चल रही कर रहे हैं जी।